ਗੁੱਸੇ ਵਾਲੇ ਦਾ ਮੈਂ ਅੱਜ ਰੇਡੀਓ ਤੇ ਕਹਿਣਾ ਆ ਜਿੰਨੀ ਕਿਹਦੇ ਕੋਲ ਪ੍ਰਾਪਰਟੀ ਆ ਮੈਂ ਅੱਧੇ ਘੰਟੇ 'ਚ ਬਾਏ ਕਰ ਲੂੰ, ਕੈਸ਼ ਚੁੱਕੂੰਗਾ, ਦੱਸੋ ਆਵੇ ਮੇਰੇ ਨਾਲ, 5% ਮਾਰਕੀਟ ਨਾਲੋਂ ਵੱਧ ਰੇਟ ਦਊਂਗਾ, ਜਿੰਨੀ ਜ਼ਮੀਨ ਇਹਦਾ ਘਰ ਜਾਇਦਾਦ ਜਿੰਨਾ ਕੁਛ ਹੈ ਮੈਂ ਰੇਡੀਓ 'ਤੇ ਬੈਠਿਆ ਕਹਿੰਦਾ ਘੰਟੇ ਵਿੱਚ ਬਾਏ ਕਰੂੰਗਾ, ਘੰਟੇ 'ਚ ਕਲੋਜ਼ਿੰਗ ਕਰਾਊਂਗਾ ਮੇਰੀ। ਅਸੀਂ ਭਾਈ ਇਹਨਾਂ ਤੋਂ ਕਾਹਤੇ ਜੈਲਸ ਕਰਨੀ ਆ, ਸਾਨੂੰ ਬਹੁਤ ਕੁਛ ਦਿੱਤਾ ਪਰਮਾਤਮਾ ਨੇ, ਆ ਜਿੰਨੇ ਕੁ ਗਾਉਣ ਵਾਲੇ ਨੇ ਐਵੇਂ ਗੱਲਾਂ ਕਰਦੇ ਫਿਰਦੇ ਨੇ ਕਿੰਨੀ। ਸਿੱਧੂ ਮੂਸੇਵਾਲੇ ਨੇ ਇਸ ਰੇਡੀਓ ਹੋਸਟ ਦਾ ਜਵਾਬ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਦਿੱਤਾ। ਸਿੱਧੂ ਨੇ ਲਿਖਿਆ, ਆ ਹੁਣੇ ਹੁਣੇ ਮੈਂ ਇੱਕ ਵੀਡੀਓ ਦੇਖੀ ਆ, ਇੱਕ ਮੇਰਾ ਧੰਨਵਾਨ ਵੀਰ ਕਹਿ ਰਿਹਾ ਕਿ ਮੈਂ ਮੂਸੇਵਾਲੇ ਦੀ ਸਾਰੀ ਪ੍ਰੋਪਰਟੀ ਅੱਧੇ ਘੰਟੇ 'ਚ ਖਰੀਦ ਲਊਂ, ਉਹ ਵੀ ਵੱਧ ਪੈਸਿਆਂ 'ਚ। ਠੀਕ ਆ ਵੀਰ ਜੀ, ਹੋ ਸਕਦਾ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ ਮੇਰੇ ਤੋਂ ਵੀ ਵੱਧ, ਜੋ ਮੈਨੂੰ ਮੈਟਰ ਹੀ ਨਹੀਂ ਕਰਦੇ। ਮੇਰੇ ਲਈ ਅਮੀਰ ਹੋਣ ਦਾ ਮਤਲਬ ਕੁਛ ਹੋਰ ਆ, ਅਤੇ ਤੁਹਾਡੇ ਵਰਗੇ ਪੈਸੇ ਵਾਲੇ ਅਮੀਰ 24 ਘੰਟੇ ਅੱਗੇ ਪਿੱਛੇ ਰਹਿੰਦੇ ਮੇਰੇ। ਅਤੇ ਨਾਲੇ ਜਿਹੜੀ ਪ੍ਰੋਪਰਟੀ ਮੈਂ ਬਣਾਈ ਆ ਨਾ, 7 ਜਨਮ ਲੈ ਲਈ, ਤੇਰੇ ਤੋਂ ਤਾਂ ਵੀ ਨਹੀਂ ਖਰੀਦਣੀ, ਕਿਉਂਕਿ ਮੇਰੀ ਪ੍ਰੋਪਰਟੀ ਮੇਰੇ ਲੋਕ ਨੇ। ਯੂ ਕਾਂਟ ਬਾਏ ਸਮਥਿੰਗ ਡੈਟ ਇਜ਼ ਨੋਟ ਫੋਰ ਸੇਲ। ਐਂਡ ਬਾਕੀ ਗੱਲ ਰਹੀ ਕਲਾਕਾਰਾਂ ਦੀ, ਵਾਹਿਗੁਰੂ ਨੇ ਹਰੇਕ ਨੂੰ ਆਪਣਾ ਇੱਕ ਕਿੱਤਾ ਦਿੱਤਾ ਅਤੇ ਉਹਦਾ ਹੀ ਦਿੱਤਾ ਹਰੇਕ ਖਾਂਦਾ। ਅਤੇ ਤੁਹਾਡੇ ਵਰਗੇ ਰੇਡੀਓ ਵਾਲੇ ਇੰਟਰਵਿਊ ਇਹਨਾਂ 4 ਸਾਲ ਚੱਲਣ ਵਾਲੇ ਕਲਾਕਾਰਾਂ ਤੋਂ ਹੀ ਮੰਗਦੇ ਆ।